ਟੀਵੀ 16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਕੇਐਸ ਪਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਆਪਣੇ ਸਮੇਂ ਮੁਤਾਬਕ ਹਾਜ਼ਰ ਹੋ ਗਏ ਜੀ ਪ੍ਰੋਗਰਾਮ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਖਬਰ ਅਤੇ ਨਜ਼ਰ। ਰੋਜ਼ਾਨਾ ਦੀ ਤਰ੍ਹਾਂ ਸਾਡੀ ਟੀਮ ਦੇ ਅਹਿਮ ਮੈਂਬਰ ਸਰਦਾਰ ਬਿਕਰਮਜੀਤ ਸਿੰਘ ਜੀ ਪਟਿਆਲਾ ਪੰਜਾਬ ਤੋਂ ਸਾਡੇ ਨਾਲ ਫੋਨਲਾਈਨ 'ਤੇ ਮੌਜੂਦ ਹੁੰਦੇ ਨੇ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ। ਸਰਦਾਰ ਬਿਕਰਮਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਖਬਰ ਅਤੇ ਨਜ਼ਰ ਵਿੱਚ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸੋ ਕਿਹੜੀਆਂ ਅੱਜ ਦੀਆਂ ਮੁੱਖ ਖਬਰਾਂ ਨੇ, ਪਹਿਲਾਂ ਉਹਨਾਂ ਦੇ ਉੱਤੇ ਝਾਤ ਮਾਰ ਦਿਓ ਅਤੇ ਫਿਰ ਉਸ ਤੋਂ ਬਾਅਦ ਕੁਛ ਵਿਸਤਾਰ ਦੇ ਨਾਲ ਕੁਛ ਖਬਰਾਂ ਤੇ ਆਪਾਂ ਜਿਹੜੀ ਸਰੋਤਿਆਂ ਤੱਕ ਜਾਣਕਾਰੀ ਪਹੁੰਚਦੀ ਕਰਾਂਗੇ ਜੀ। ਜੀ ਬਿਲਕੁਲ। ਬਸ ਮੁੱਖ ਖਬਰਾਂ ਦੇ ਵਿੱਚ ਦਿੱਲੀ ਕਤਲੇਆਮ ਸਿੱਟ ਦੀ ਸਿਫਾਰਸ਼ਾਂ ਤੇ ਕਾਰਵਾਈ ਕਰੇਗਾ ਕੇਂਦਰ। ਅਮਰੀਕਾ ਚ ਵੱਖਰੀ ਕੌਮ ਵਜੋਂ ਹੋਵੇਗੀ ਸਿੱਖਾਂ ਦੀ ਗਿਣਤੀ। ਬੈਂਕਾਂ ਦੀ ਹੜਤਾਲ ਹੋਵੇਗੀ 31 ਜਨਵਰੀ ਤੋਂ। ਸ਼ਹੀਨ ਬਾਗ ਪੰਜਾਬੀਆਂ ਨੇ ਦਿਖਾਈ ਇਕਜੁੱਟਤਾ। NPR ਲਈ ਦਸਤਾਵੇਜ਼ ਦੀ ਕੋਈ ਲੋੜ ਨਹੀਂ, ਇਹ ਬਿਆਨ ਹੈ ਗ੍ਰਹਿ ਮੰਤਰਾਲੇ ਵੱਲੋਂ। ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ ਤੋਂ। ਕਿੰਨੀ ਗੱਲ ਦੇ ਭੈਣ ਨੇ ਨਰਮਾ ਪੱਟੀ ਦੇ ਕਿਸਾਨ ਬੰਨ ਪਾਏ। ਮੁਕਤਸਰ ਨਾਬਾਲਗ ਨੇ ਭੂਆ ਤੇ ਦਾਦੀ ਨੂੰ ਮਾਰੀਆਂ ਗੋਲੀਆਂ। ਉੱਗੀ ਸਹਿਤਕਾਰ ਦਲੀਪ ਕੌਰ ਟਵਾਣਾ ਦੀ ਹਾਲਤ ਹੋਈ ਗੰਭੀਰ। ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਦਿੱਖ ਬਦਲਣ ਦਾ ਵਿਰੋਧ ਹੋਇਆ ਸ਼ੁਰੂ। ਬਾਦਲ ਪਰਿਵਾਰ ਦੇ ਸੂਏ ਸਾਰਾ ਦਿਨ ਨੱਪਦੇ ਰਹੇ ਢੇਂਸਾ ਦੀ ਪੈਲ। ਪੰਜਾਬ 'ਚ 19 ਜਨਵਰੀ ਤੱਕ ਬਦਲੇਗਾ ਸਕੂਲਾਂ ਦਾ ਸਮਾਂ। ਨਵੀਂ ਸਿੱਟ ਵੱਲੋਂ ਮੌਤ ਬੰਬ ਧਮਾਕੇ ਦੀ ਜਾਂਚ ਹੋਈ ਸ਼ੁਰੂ। ਦੁਸਹਿਰਾ ਰੇਲ ਹਾਦਸਾ GRP ਦੀ ਜਾਂਚ ਤੇ ਰਿਪੋਰਟ ਤਿਆਰ। ਸੁਖਬੀਰ ਸਿੰਘ ਬਾਦਲ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ। ਕੈਪਟਨ ਸਰਕਾਰ ਤੇ ਬਿਜਲੀ ਕੰਪਨੀ ਨਾਲ ਗੁਪਤ ਸੌਦੇ ਦੇ ਲਾਏ ਦੋਸ਼। ਚੀਨ ਵੱਲੋਂ ਸੰਯੁਕਤ ਰਾਸ਼ਟਰ 'ਚ ਕਸ਼ਮੀਰ ਮੁੱਦਾ ਚੁੱਕਣ ਦੀ ਕੋਸ਼ਿਸ਼। ਕਸ਼ਮੀਰ 'ਚ ਬਰਫਾਨੀ ਕਰ ਸ਼੍ਰੀਨਗਰ ਤੋਂ ਉਡਾਨਾਂ ਹੋਈਆਂ ਰੱਦ। ਨਿਰਭਯਾ ਕਤਲ ਕੇਸ ਮੌਤ ਦੇ ਵਾਰੰਟ ਖਿਲਾਫ਼ ਜਿਹੜਾ ਅਰਜੀ ਹਾਈਕੋਰਟ ਵੱਲੋਂ ਰੱਦ। CAE ਬਾਰੇ ਕਿਸੇ ਨੂੰ ਵੀ ਭਰੋਸੇ ਵਿੱਚ ਨਹੀਂ ਲਿਆ, ਇਹ ਬਿਆਨ ਹੈ ਮਾਇਆਵਤੀ ਵੱਲੋਂ। ਜੰਮੂ 'ਚ ਬਹਾਲ ਨਹੀਂ ਹੋਈਆਂ ਇੰਟਰਨੈਟ ਸੇਵਾਵਾਂ। ਲਾਸਟ ਖਬਰ ਦੇ ਵਿੱਚ ਜੰਮੂ ਕਸ਼ਮੀਰ 'ਚ ਧਾਰਾ 370 ਹਟਾਉਣਾ ਇਤਿਹਾਸਕ ਕਦਮ, ਇਹ ਬਿਆਨ ਹੈ ਫੌਜ ਮੁਖੀ ਜਨਰਲ MM ਨਰਵਾਨੇ ਵੱਲੋਂ ਜੀ। ਜੀ ਸਰਦਾਰ ਬਿਕਰਮ ਸਿੰਘ ਜੀ, ਪਹਿਲੀ ਕਿਹੜੀ ਖਬਰ ਹੈਗੀ ਜਿਸ 'ਤੇ ਆਪਾਂ ਸਰੋਤਿਆਂ ਨਾਲ ਸਾਂਝ ਜਿਹੜੀ ਆ ਉਹ ਪਾਉਣੀ ਆ ਜੀ? ਬਿਲਕੁਲ ਬਸ ਆ, ਪਹਿਲੀ ਖਬਰ ਦੇ ਵਿੱਚ ਦਿੱਲੀ ਜਿਹੜਾ ਹੈਗਾ ਸਿੱਖ ਕਤਲੇਆਮ ਸਿੱਟ ਦੀਆਂ ਸਿਫਾਰਸ਼ਾਂ ਤੇ ਕਾਰਵਾਈ ਕਰੇਗਾ ਕੇਂਦਰ। ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹਨਾਂ ਨੇ 1984 ਦੇ ਸਿੱਖ ਕਤਲੇਆਮ ਦੇ 196 ਕੇਸਾਂ ਦੀ ਜਾਂਚ ਕਰਨ ਵਾਲੇ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ SN ਢੀਂਗਰਾ ਦੀ ਅਗਵਾਈ ਹੇਠ ਵਿਸ਼ੇਸ਼ ਜਿਹੜੀ ਜਾਂਚ ਟੀਮ ਸਿੱਧ ਦੀਆਂ ਸਿਫਾਰਸ਼ਾਂ ਮੰਨ ਲਈਆਂ ਨੇ ਤੇ ਉਹ ਕਾਨੂੰਨ ਮੁਤਾਬਕ ਢੁਕਵੀਂ ਕਾਰਵਾਈ ਹੋਵੇਗੀ। ਚੀਫ ਜਸਟਿਸ SS ਬੋਬੜੇ ਅਗਵਾਈ ਹੇਠ ਬੈਂਚ ਨੂੰ ਅਰਜੀਕਾਰਾਂ ਵੱਲੋਂ ਸੀਨੀਅਰ ਵਕੀਲ RSS ਸੂਰੀ ਨੇ ਦੱਸਿਆ ਕਿ ਸਿੱਟ ਦੀ ਰਿਪੋਰਟ 'ਚ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਦੀ ਨਿੰਦਿਆ ਕੀਤੀ ਗਈ ਹੈ। ਉਹਨਾਂ ਕਿਹਾ ਕਿ ਉਹ ਸਿੱਖ ਕਤਲੇਆਮ 'ਚ ਸ਼ਾਮਲ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਲਈ ਅਰਜੀ ਜਿਹੜਾ ਹੈਗਾ ਉਹ ਦਾਖਲ ਕਰਨਗੇ ਜੀ। ਸਰਦਾਰ ਬਿਕਰਮਜੀਤ ਸਿੰਘ ਜੀ, ਇਹਨੂੰ ਇਸ ਖਬਰ ਨੂੰ ਕਿਸ ਨਜ਼ਰੀਏ ਨਾਲ ਆਪਾਂ ਦੇਖੀਏ? ਕਿਉਂਕਿ ਕਈ ਵਾਰੀ ਜਦੋਂ ਇਹੋ ਜਿਹੀਆਂ ਚੀਜ਼ਾਂ ਨੇ ਦੁਬਾਰਾ ਦੁਬਾਰਾ ਉੱਭਰ ਕੇ ਬਾਹਰ ਆਉਂਦੀਆਂ ਨੇ, ਕਿਉਂਕਿ ਅੱਜ ਇਹਨਾਂ ਨੂੰ ਸਿੱਟ ਵੀ ਯਾਦ ਆ ਗਈ, ਇੰਨੇ ਸਾਲ ਹੋ ਗਏ, ਕੁਛ ਵਿਚਾਰੇ ਇਸ ਦੁਨੀਆਂ ਤੋਂ ਕੂਚ ਵੀ ਕਰ ਗਏ, ਇਨਸਾਫ ਮੰਗਦੇ ਮੰਗਦੇ ਉਹ ਰੂਹਾਂ ਜਿਹੜੀਆਂ ਤੜਫਦੀਆਂ ਜਿਹੜੀਆਂ ਇਸ ਦੁਨੀਆਂ ਤੋਂ ਚਲੇ ਗਈਆਂ ਅਤੇ ਉਹਨਾਂ ਨੂੰ ਇਨਸਾਫ ਨਾ ਮਿਲਿਆ, ਨਾ ਅੱਗੇ ਜਿਹੜੇ ਮਿਲਣ ਦੀ ਕੋਈ ਆਸ ਹੈ। ਕਿਉਂਕਿ ਕਹਿੰਦੇ ਹੁੰਦੇ ਨੇ ਕਿ ਜਿਹੜਾ ਜਦੋਂ ਜਿਹੜਾ ਜਸਟਿਸ ਹੁੰਦਾ ਉਹ ਡਿਲੇਟ ਹੁੰਦਾ, ਇਹਦਾ ਮਤਲਬ ਹੁੰਦਾ ਕਿ ਉਹ ਡਿਨਾਈ ਆ, ਉਹਨੂੰ ਨਾ ਉਹਦੇ ਬਾਅਦ ਵਿੱਚ ਮਿਲਿਆ ਨਾ ਮਿਲਿਆ ਇੱਕ ਬਰਾਬਰ ਹੈਗਾ, ਅਤੇ ਨਾ ਕੋਈ ਮਿਲਣ ਦੀ ਬਹੁਤ ਜ਼ਿਆਦਾ ਆਸ ਆ। ਜੇ ਬਹੁਤ ਜ਼ਿਆਦਾ ਆਪਾਂ ਬਹੁਤੇ ਮਾਹਰਾਂ ਦੀ ਗੱਲ ਦੇਖੀ ਜਾਵੇ ਤਾਂ ਉਹ ਇਸ ਟਾਈਮ ਦੇ ਦਿੱਲੀ ਦੇ ਵਿੱਚ ਹੋਣ ਵਾਲੀਆਂ ਇਲੈਕਸ਼ਨ ਨੂੰ ਇਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈਗਾ, ਕਿਉਂਕਿ ਮੋਦੀ ਵੱਲੋਂ ਸ਼ਾਇਦ ਇਹ ਜਿਹੜਾ ਹੈ ਇੱਕ ਪੈਂਤੜਾ ਖੇਡਣ ਦੀ ਜਿਹੜੀ ਆ ਉਹ ਨਵੀਂ ਜਿਹੜੀ ਚਾਲ ਚੱਲੀ ਜਾ ਰਹੀ ਹੈ ਕਿ ਸਿੱਖ ਵੋਟ ਜਿਹੜੀ ਆ
ਜਾਂ ਸਿੱਖਾਂ ਦੀ ਹਮਦਰਦੀ ਜਿਹੜੀ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਹਾਸਲ ਕਰਕੇ ਅਤੇ ਉੱਥੋਂ ਸਿੱਖ ਵੋਟ ਜਿਹੜੀ ਆ ਉਹ ਬਟੋਰੀ ਜਾ ਸਕੇ। ਪਰ ਮੈਨੂੰ ਕਈ ਵਾਰੀ ਇਹ ਚੀਜ਼ਾਂ ਦੀ ਹੈਰਾਨਗੀ ਆਉਂਦੀ ਹੈਗੀ ਆ ਕਿ ਕਿੱਥੇ ਜਾਂਦੀਆਂ ਨੇ ਉਸ ਟਾਈਮ ਦੇ ਉੱਤੇ ਸਿੱਖ ਜਥੇਬੰਦੀਆਂ, ਕਿੱਥੇ ਜਾਂਦਾ ਸਾਰਾ ਸਿੱਖ ਸਮਾਜ ਜਦੋਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਵਾਰ ਵਾਰ ਉੱਭਰ ਕੇ ਆਉਂਦੀਆਂ ਨੇ, ਅਤੇ ਉਸ ਟਾਈਮ ਦੇ ਉੱਤੇ ਜਿਹੜੇ ਲੋਕ ਬੀਬੀਆਂ ਦਾੜੀਆਂ ਰੱਖ ਕੇ ਨੀਲੀਆਂ ਪੱਗਾਂ ਜਾਂ ਪੀਲੀਆਂ ਪੱਗਾਂ ਜਾਂ ਕਾਲੀਆਂ ਪੱਗਾਂ ਬੰਨ੍ਹ ਕੇ ਉਹ ਲੋਕ ਤੁਰੇ ਫਿਰਦੇ ਨੇ, ਕਿ ਉਹਨਾਂ ਦੇ ਉੱਤੇ ਇਹ ਸਵਾਲ ਦਾਗਣੇ ਜ਼ਰੂਰੀ ਨਹੀਂ ਹੈ ਕਿ ਕੀ ਗੱਲ? ਜਿਹੜਾ ਇਨਸਾਫ ਦੀ ਉਦੋਂ ਗੱਲ ਕੀਤੀ ਜਾਂਦੀ ਆ ਜਦੋਂ ਕਿਤੇ ਨਾ ਕਿਤੇ ਕੋਈ ਇਲੈਕਸ਼ਨ ਹੁੰਦੀ ਆ ਜਾਂ ਕੋਈ ਖਾਸ ਸਮੇਂ ਦੇ ਉੱਤੇ ਇਹ ਜਿਹੜਾ ਮੁੱਦਾ ਉਭਾਰਨਾ ਹੁੰਦਾ, ਅਤੇ ਅੱਗੋਂ ਪਿੱਛੋਂ ਇਹ ਸਰਕਾਰਾਂ ਅਤੇ ਅੱਗੋਂ ਪਿੱਛੋਂ ਸਿੱਟ ਅਤੇ ਅੱਗੋਂ ਪਿੱਛੋਂ ਇਹਨਾਂ ਦੀ ਜੁਡੀਸ਼ਰੀ ਜਿਹੜੀ ਆ ਉਹ ਜਿਹੜੀ ਆ ਕੁੰਭਕਰਨ ਦੀ ਨੀਂਦ ਜਿਹੜੀ ਆ ਸੁੱਤੀ ਰਹਿੰਦੀ ਆ, ਅਤੇ ਜਦੋਂ ਇਹੋ ਜਿਹਾ ਕੋਈ ਸਮਾਂ ਆਉਂਦਾ ਉਦੋਂ ਇਹੋ ਜਿਹੀ ਚਿੰਗੜੀ ਛੇੜ ਕੇ ਅਤੇ ਲੋਕਾਂ ਨੂੰ ਜਿਹੜਾ ਉਹ ਗੁੰਮਰਾਹ ਕਰਨ ਦੇ ਰਸਤੇ ਜਿਹੜਾ ਉਹ ਪਾ ਦਿੰਦੇ ਹੈਗੇ ਨੇ। ਕੀ ਕਹਿਣਾ ਚਾਹੋਗੇ ਬਿਕਰਮਜੀਤ ਸਿੰਘ ਜੀ ਇਹਦੇ ਬਾਰੇ? ਬਿਲਕੁਲ ਬਸ ਸਾਹਿਬ, ਤੁਹਾਡੀ ਗੱਲ ਬਿਲਕੁਲ ਵਜਨਦਾਰ ਹੈ ਵੀ ਜਿੱਦਾਂ ਤੁਸੀਂ ਦੱਸਿਆ ਵੀ ਦਿੱਲੀ ਦੀਆਂ ਇਲੈਕਸ਼ਨਾਂ ਨੂੰ ਵੇਖਦੇ, ਕਿਉਂਕਿ ਬੀਜੇਪੀ ਸਰਕਾਰ ਦੇ ਕੋਲ ਇਸ ਟਾਈਮ ਦਿੱਲੀ ਨੂੰ ਫਤਿਹ ਕਰਨ ਦੇ ਲਈ ਕੋਈ ਵੀ ਮੁੱਦਾ ਉਹਨਾਂ ਦੇ ਕੋਲ ਨਹੀਂ, ਕਿਉਂਕਿ ਜਿਹੜੇ ਕੇਜਰੀਵਾਲ ਨੇ ਜਿਹੜੇ ਉੱਥੇ ਕੰਮ ਕੀਤੇ ਨੇ, ਡਿਵੈਲਪਮੈਂਟ ਦੇ ਕੰਮ ਕੀਤੇ ਨੇ, ਲੋਕਾਂ ਦੇ ਦਿਲਾਂ ਦੇ ਉੱਤੇ ਇੱਕ ਰਾਜ ਕੀਤਾ, ਤਾਂ ਕੇਜਰੀਵਾਲ ਦੇ ਗਲਬੇ ਨੂੰ ਤੋੜਨਾ ਜਿਹੜਾ ਹੈ ਬਹੁਤ ਮੁਸ਼ਕਿਲ ਹੈ। ਜੇਕਰ ਮੈਂ 84 ਦੇ ਦੰਗਿਆਂ ਦੀ ਗੱਲ ਕਰਾਂ, ਇਹ ਨਸਲਕੁਸ਼ੀ ਜਿਹੜੇ ਹਮਲੇ ਦੀ ਨਿੰਦਾ, ਘੋਰ ਨਿੰਦਾ ਪੂਰੀ ਦੁਨੀਆਂ 'ਚ ਅੱਜ ਵੀ ਜਾਰੀ ਹੈ, ਤਾਂ ਇਸ ਦਾ ਇਨਸਾਫ ਲੈ ਲਈ ਜਿੱਦਾਂ ਤੁਸੀਂ ਦੱਸਿਆ ਵੀ ਬਹੁਤ ਸਾਰੇ ਜਿਹੜੇ ਲੋਕ ਨੇ, ਪਰਿਵਾਰ ਨੇ, ਹੁਣ ਤੱਕ ਉਹ ਦਰਵਾਜ਼ੇ ਖੜਕਾ ਖੜਕਾ ਕੇ ਜਿਹੜੇ ਅਦਾਲਤਾਂ ਦੇ ਉਹ ਥੱਕ ਚੁੱਕੇ ਨੇ, ਕਈਆਂ ਨੂੰ ਇਨਸਾਫ ਮਿਲਿਆ, ਕਈਆਂ ਨੂੰ ਨਹੀਂ ਮਿਲਿਆ, ਤਾਂ ਇਹਨਾਂ ਜਿਹੜੀ ਦੰਗਿਆਂ ਦੀ ਜਿਹੜੀ ਦਾਸਤਾਨ ਸੀ ਉਹ ਉਹਦੇ ਵਿੱਚ ਕਈ ਤਰ੍ਹਾਂ ਦੇ ਕਮਿਸ਼ਨ ਜਿਹੜੇ ਹੈਗੇ ਬਿਠਾਏ ਗਏ, ਨਾਨਾਵਤੀ ਕਮਿਸ਼ਨ ਬਿਠਾਇਆ ਗਿਆ, ਲੇਕਿਨ ਅਜੇ ਵੀ ਜਿਹੜਾ ਹੈਗਾ ਇਨਸਾਫ ਜਿਹੜਾ ਹੈਗਾ ਬੜੀ ਦੂਰ ਹੈ, ਤੇ ਇਸ ਮੁੱਦੇ ਨੂੰ ਹਰ ਵਾਰ ਚਾਹੇ ਉਹ ਕੇਂਦਰ ਦੀਆਂ ਚੋਣਾਂ ਹੋਣ ਚਾਹੇ ਉਹ ਵਿਧਾਨ ਸਭਾ ਦੀਆਂ ਚੋਣਾਂ ਹੋਣ, ਇਸ ਮੁੱਦੇ ਨੂੰ ਉਭਾਰ ਕੇ ਲੋਕਾਂ ਦੇ ਹਿਰਦੇ ਵਰੁੰਦਰ ਦੀ ਗੱਲ ਕੀਤੀ ਜਾਂਦੀ। ਜਿੱਦਾਂ ਤੁਸੀਂ ਵੀ ਸਿੱਖ ਜਿਹੜੇ ਵੋਟ ਨੇ ਉਹਨਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਇਹ ਮੁੱਦਾ ਜਿਹੜਾ ਹੈਗਾ ਉਭਾਰਿਆ ਜਾ ਰਿਹਾ, ਪਰ ਮੈਂ ਲੋਕਾਂ ਨੂੰ ਆਪਣੇ ਵੱਲੋਂ ਇਹ ਜ਼ਰੂਰ ਕਹਾਂਗਾ ਵੀ ਘੱਟੋ ਘੱਟ ਜਿਹੜੇ ਲੋਕ ਨੇ, ਦਿੱਲੀ ਦਾ ਜਿਹੜਾ ਇਲੈਕਸ਼ਨ ਆ ਰਿਹਾ ਨੇੜੇ, ਤਾਂ ਉਹ ਇਸ ਮੁੱਦੇ ਤੋਂ ਪਰਾਂ ਹਟ ਕੇ ਜਿਹੜਾ ਹੈਗਾ ਇਲੈਕਸ਼ਨ ਦੀ ਜਿਹੜੀ ਵਰਤੋਂ ਆਪਣੀ ਵੋਟ ਦੀ ਸਹੀ ਢੰਗ ਦੇ ਨਾਲ ਕਰਨ। ਜੀ ਬਿਲਕੁਲ, ਇਹ ਤਾਂ ਦਿੱਲੀ ਦੰਗੇ ਦੱਸਦੇ ਨੇ, ਪਰ ਇਹ ਸਰਾਸਰ ਜਿਹੜੀ ਹੋਈ ਸਿੱਖ ਨਸਲ ਕੁਸ਼ੀ ਸੀਗੀ, ਕਿਉਂਕਿ ਜੂਨ 84 ਲਾ ਲਈਏ ਜਾਂ ਨਵੰਬਰ 84 ਲਾ ਲਈਏ, ਇਹ ਬਿਲਕੁਲ ਸਰਾਸਰ ਇਹਦਾ ਇਹ ਵੈਸੇ ਇਹਨਾਂ ਵੱਲੋਂ ਸਰਕਾਰੀ ਜਿਹੜਾ ਤੰਤਰ ਹੁੰਦਾ, ਸਰਕਾਰੀ ਜਿਹੜਾ ਅਮਲਾ ਹੁੰਦਾ ਜਾਂ ਸਰਕਾਰ ਜਿਹੜੀ ਹੈ ਸਟੇਟ ਜਿਹੜੀ ਹੁੰਦੀ ਆ ਉਹ ਜਦੋਂ ਇਸ ਤਰ੍ਹਾਂ ਦੇ ਜ਼ੁਲਮ ਕਰਦੀ ਆ ਅਤੇ ਉਦੋਂ ਇਹਨਾਂ ਨੂੰ ਦੰਗਿਆਂ ਦੇ ਨਾਂ ਦੇ ਦਿੱਤਾ ਜਾਂਦਾ, ਪਰ ਲੇਕਿਨ ਅਸਲ ਦੇ ਵਿੱਚ ਇਹ ਸਿੱਖ ਨਸਲ ਕੁਸ਼ੀ ਸੀ ਅਤੇ ਇਹਨੂੰ ਸਿੱਖ ਨਸਲ ਕੁਸ਼ੀ ਹੀ ਕਹਿਣਾ ਚਾਹੀਦਾ ਹੈਗਾ। ਦੋਸਤੋ, ਪ੍ਰੋਗਰਾਮ ਇਸ ਤਰ੍ਹਾਂ ਦੇ ਨਾਲ ਜਾਰੀ ਰਹੇਗਾ, ਆਪਾਂ ਨੂੰ ਇੱਕ ਵਕਤ ਫਿਰ ਹੀ ਰੁਕਣਾ ਪੈਣਾ, ਆਪਾਂ ਨੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸੋ ਬ੍ਰੇਕ ਤੋਂ ਬਾਅਦ ਦਰਸ਼ਕੋ ਤੁਹਾਡਾ ਸਵਾਗਤ ਹੈ, ਪ੍ਰੋਗਰਾਮ ਚੱਲ ਰਿਹਾ ਜੀ ਖਬਰ ਅਤੇ ਨਜ਼ਰ। ਰੋਜ਼ਾਨਾ ਦੀ ਤਰ੍ਹਾਂ ਸਾਡੀ ਟੀਮ ਦੇ ਅਹਿਮ ਮੈਂਬਰ ਜਿਹੜੇ ਸਰਦਾਰ ਬਿਕਰਮਜੀਤ ਸਿੰਘ ਜੀ ਨੇ ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਹੁੰਦੇ ਨੇ, ਆਪਾਂ ਅਗਲੇ ਪੜਾਅ ਵਿੱਚ ਵੱਧਦੇ ਹਾਂ। ਸਾਹਿਬ ਬਿਕਰਮਜੀਤ ਸਿੰਘ ਜੀ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ, ਅਤੇ ਅਗਲੀ ਕਿਹੜੀ ਖਬਰ ਆ ਜਿਸ 'ਤੇ ਆਪਾਂ ਸਰੋਤਿਆਂ ਨਾਲ ਸਾਂਝ ਜਿਹੜੀ ਆ ਉਹ ਪਾਉਣੀ ਹੈ? ਜੀ ਬਿਲਕੁਲ ਜੀ ਬਸ ਸਾਹਿਬ, ਅਗਲੀ ਖਬਰ ਦੇ ਵਿੱਚ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਜਿਹੜੀ ਵਿਰਾਸਤ ਦੀ ਜਿਹੜੀ ਦਿੱਖ ਨੂੰ ਬਦਲਣ ਦਾ ਵਿਰੋਧ ਦਾ ਜਿਹੜਾ ਲਾਵਾ ਪੰਜਾਬ ਜਿਹੜਾ ਹੈਗਾ ਉਹ ਫੁੱਟਣਾ ਸ਼ੁਰੂ ਹੋ ਗਿਆ। ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਨਹਾਰ ਬਦਲਣ ਸਮੇਂ ਕਿਸੇ ਵੀ ਵਿਰਾਸਤੀ ਦਿੱਖ ਨੂੰ ਮਰਥੀ ਕੀਤੇ ਜਾਣ ਦਾ ਵਿਰੋਧ ਜਿਹੜਾ ਹੈਗਾ ਲਗਾਤਾਰ ਜਾਰੀ ਹੋ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਕਮੇਟੀ ਦੇ ਜਥੇਬੰਦੀਆਂ ਅਤੇ ਹੋਰਨਾਂ ਨੇ ਰੇਲਵੇ ਸਟੇਸ਼ਨ ਦੀ ਵਿਰਾਸਤੀ ਜਿਹੜੀ ਹੈਗੀ ਦਿੱਖ ਨੂੰ ਕਾਇਮ ਰੱਖਣ 'ਤੇ ਜ਼ੋਰ ਦਿੱਤਾ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਿਹੜੇ ਜਥੇਦਾਰ
ਗਿਆਨੀ ਹਰਪ੍ਰੀਤ ਸਿੰਘ ਨੇ ਰੇਲਵੇ ਸਟੇਸ਼ਨ ਦੇ ਪ੍ਰਸਤਾਵਿਤ ਡਿਜ਼ਾਈਨ ਨੂੰ ਗਲਤ ਜਿਹੜਾ ਹੈਗਾ ਕਰਾਰ ਦਿੱਤਾ। ਉਹਨਾਂ ਨੇ ਕਿਹਾ ਕਿ ਸਿੱਖ ਵਿਰਾਸਤ ਦੀ ਜਿਹੜੀ ਹੈਗੀ ਹੈ ਇਮਾਰਤ ਕਲਾ ਨੂੰ ਅਣਡਿੱਟ ਕਰਕੇ ਬਣਾਇਆ ਗਿਆ। ਮੌਜੂਦਾ ਜਿਹੜਾ ਡਿਜ਼ਾਈਨ ਜੋ ਬਣਾਇਆ ਜਾ ਰਿਹਾ ਇੰਝ ਜਾਪਦਾ ਹੈ ਜਿਵੇਂ ਭਾਜਪਾ ਦਾ ਚੋਣ ਸ਼ਾਨ ਕਮਲ ਦਾ ਫੁੱਲ ਨੂੰ ਉਤਸ਼ਾਹਿਤ ਕਰ ਰਿਹਾ ਹੈ। ਉਧਰੋਂ ਨਵੀਂ ਦਿੱਖ ਬਾਰੇ ਲੋਕਾਂ ਦੀ ਜਿਹੜੀ ਰਾਏ ਵੀ ਪੰਜਾਬ ਦੇ ਵਿੱਚ ਸ਼ੁਰੂ ਹੋ ਗਈ ਹੈ। ਰੇਲਵੇ ਸਟੇਸ਼ਨ ਦੇ ਸਿਆਸੀਕਰਨ ਖਿਲਾਫ ਜਿਹੜੇ ਬੁੱਧੀਜੀਵੀ ਜਿਹੜਾ ਸਮਾਜ ਹੈ ਉਹ ਵੀ ਨਿੱਤਰ ਚੁੱਕਿਆ ਹੈ। ਭਾਜਪਾ ਜਿਹੜਾ ਹੈਗਾ ਦੇਸ਼ ਦਾ ਭਗਵਾਕਰਨ ਕਰ ਰਹੀ ਹੈ। ਇਹ ਅੰਮ੍ਰਿਤਸਰ ਦੇ ਜਿਹੜੇ ਕਾਂਗਰਸੀ ਦੇ ਵਿਧਾਇਕ ਨੇ ਰਾਜ ਕੁਮਾਰ ਵੇਰਵੱਕਾ ਨੇ ਵੀ ਇਹਦੀ ਕਰੜੀ ਨਿੰਦਾ ਕੀਤੀ ਹੈ। ਉਧਰੋਂ ਐਸ ਪੀ ਜੀ ਸੀ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵੱਲੋਂ ਵੀ ਕਿਹਾ ਗਿਆ ਕਿ ਜਿਹੜਾ ਕੇਂਦਰੀ ਰੇਲਵੇ ਅਥਾਰਟੀ ਜਿਹੜਾ ਆਪਣਾ ਫੈਸਲਾ ਹੈਗਾ ਉਹ ਵਾਪਸ ਲਵੇ। ਜੀ ਬਿਲਕੁਲ, ਕਿਉਂਕਿ ਦੇਖਿਆ ਜਾਵੇ ਤਾਂ ਬਿਕਰਮਜੀਤ ਸਿੰਘ ਜੀ ਇਹ ਜਿਹੜੀਆਂ ਚੇਂਜਸ ਹੋ ਰਹੀਆਂ ਨੇ, ਮੈਂ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਸੀਗੀ ਕਿ ਇਹ ਜਿਹੜੀਆਂ ਤਬਦੀਲੀਆਂ ਨੇ ਇਹ ਕਈ ਵਾਰੀ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਇਸ ਚੀਜ਼ਾਂ ਸਮਝ ਨਹੀਂ ਆਉਂਦੀਆਂ ਕਿ ਇਹ ਕਿਉਂ ਕੀਤੀਆਂ ਜਾ ਰਹੀਆਂ ਨੇ। ਜਦੋਂ ਕਿਸੇ ਦਾ ਬਿਲਕੁਲ ਤੁਸੀਂ ਨਾਮੋ ਨਿਸ਼ਾਨ ਮਿਟਾਉਣਾ ਹੋਵੇ ਨਾ, ਤਾਂ ਫਿਰ ਤੁਸੀਂ ਇਹ ਚੀਜ਼ਾਂ ਦੇ ਉੱਤੇ ਹਮਲੇ ਕਰਦੇ ਹੋ, ਇਹਨਾਂ ਚੀਜ਼ਾਂ ਨੂੰ ਬਿਲਕੁਲ ਮਿਟਾ ਦਿੰਦੇ ਹੋ ਕਿ ਜਿਹੜੀ ਕੋਈ ਜਿਹੜੀ ਸਿੱਖ ਵਿਰਾਸਤ ਸਪੈਸ਼ਲੀ ਜਿਹੜੀ ਹੈਗੀ ਆ ਉਹਨੂੰ ਇਸ ਤਰ੍ਹਾਂ ਦੇ ਨਾਲ ਖਤਮ ਕੀਤਾ ਜਾਵੇ। ਕੁਛ ਤਾਂ ਸਾਡੇ ਸੁੱਖ ਨਾਲ ਜਿਹੜੇ ਮਰੀਆਂ ਜ਼ਮੀਰਾਂ ਵਾਲੇ ਸਿੱਖ ਨੇ ਜਾਂ ਮਰੀਆਂ ਜ਼ਮੀਰਾਂ ਵਾਲੇ ਜਿਹੜੇ ਜਿਹੜੀਆਂ ਇਹ ਅੱਗੇ ਜਥੇਬੰਦੀਆਂ ਨੇ ਜਾਂ ਇਹਨਾਂ ਵਿੱਚ ਲੋਕ ਨੇ ਜਾਂ ਪਾਰਟੀਆਂ ਵਾਲੇ ਨੇ, ਇਹਨਾਂ ਨੇ ਪਹਿਲਾਂ ਹੀ ਸੰਗਮਰਮਰ ਲਾ ਕੇ ਸਾਡੀ ਕਿਸੇ ਵਿਰਾਸਤ ਨੂੰ ਇਹਨਾਂ ਨੇ ਜਿੰਦਾ ਰੱਖਣ ਦੀ ਨਾ ਕੋਸ਼ਿਸ਼ ਕੀਤੀ ਆ, ਅਤੇ ਨਾ ਹੀ ਇਹਨਾਂ ਨੇ ਤਕਰੀਬਨ ਉਲਟਾ ਆਪਣਾ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਇਹਨਾਂ ਦਾ ਹੱਥ ਆ ਉਹਦੇ ਵਿੱਚ, ਅਤੇ ਇਹਨਾਂ ਨੇ ਵਿਰਾਸਤ ਨੂੰ ਤਹਿਸ ਨਹਿਸ ਜਿਹੜਾ ਕੀਤਾ, ਅਤੇ ਸਿੱਖੀ ਨੂੰ ਜਿੱਦਾਂ ਇਹ ਖਤਮ ਕਰਨ ਦੇ ਰਾਹ ਤੁਲੇ ਹੋਏ ਨੇ, ਅਤੇ ਆਉਣ ਵਾਲਾ ਜਿਹੜਾ ਸਮਾਂ ਇਹ ਸਿੱਖਾਂ ਵਾਸਤੇ ਹੋਰ ਭਿਆਨਕ ਹੋਣ ਜਾ ਰਿਹਾ। ਕਿਉਂਕਿ ਜਦੋਂ ਕਿਸੇ ਦੀ ਤੁਸੀਂ ਵਿਰਾਸਤ ਨੂੰ ਖਤਮ ਕਰਦੇ ਹੋ ਤਾਂ ਇਹਦਾ ਮਤਲਬ ਕਿ ਉਹਦੀਆਂ ਜੜ੍ਹਾਂ ਨੂੰ ਜਿਹੜਾ ਹੈ ਉਹ ਤੁਸੀਂ ਖਤਮ ਕਰ ਰਹੇ ਹੋ। ਸੋ ਇਹ ਜਿਹੜੇ ਆਮ ਜਿਹੜਾ ਸਿੱਖ ਹੈਗਾ ਉਹਨੂੰ ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ ਨੇ। ਕਈ ਵਾਰੀ ਸਾਨੂੰ ਇੱਦਾਂ ਲੱਗਦਾ ਕਿ ਛੋਟੀਆਂ ਛੋਟੀਆਂ ਚੇਂਜਿਜ ਹੀ ਹੋ ਰਹੀਆਂ ਨੇ ਜਾਂ ਛੋਟਾ ਛੋਟਾ ਹੀ ਕੁਛ ਬਦਲ ਰਿਹਾ, ਇਹਦੇ ਨਾਲ ਕੀ ਫਰਕ ਪੈਣ ਲੱਗਿਆ ਹੈਗਾ। ਕੋਈ ਚੀਜ਼ਾਂ ਉਹ ਇਸ ਤਰ੍ਹਾਂ ਦੇ ਨਾਲ ਚੇਂਜ ਕਰਦੇ ਨੇ ਕਿ ਲਓ ਜੀ ਇਹ ਸੇਫ ਨਹੀਂ ਹੈਗੀ, ਇਹ ਸੁਰੱਖਿਅਤ ਨਹੀਂ ਹੈਗੀਆਂ ਇਹ ਚੀਜ਼ਾਂ ਜਿਹੜੀਆਂ ਨੇ, ਇਹ ਜਿਹੜੀਆਂ ਚੀਜ਼ਾਂ ਨੇ, ਇਸ ਕਰਕੇ ਅਸੀਂ ਕਰਾਂ। ਮੈਂ ਗੱਲ ਇੱਥੇ ਨਾਲ ਜੋੜਵੀਂ ਇਹ ਗੱਲ ਕਰਾਂਗਾ ਕਿ ਸਿੱਖ ਹੈਰੀ ਜਿਹੜੀ ਉਹਨਾਂ ਨੇ ਉਹ ਮਾਫ ਕਰਨਾ ਸਿੱਖ ਨਹੀਂ ਹੈਰੀਟੇਜ ਰੋਡ ਜਿਹੜੀ ਦਰਬਾਰ ਸਾਹਿਬ ਦੇ ਸਾਹਮਣੇ ਬਣਾਈ, ਉਹਨਾਂ ਦੇ ਬੁੱਤ ਤੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਉਹ ਇਸ ਕਰਕੇ ਹੀ ਲੋਕਾਂ ਵੱਲੋਂ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਗੁੱਸਾ ਭਰਿਆ ਗਿਆ ਕਿ ਉਹ ਇੱਕ ਸ਼ਹੀਦੀ ਮਾਰਗ ਵੀ ਆ, ਉੱਥੇ ਉੱਥੇ ਡੁੱਲਿਆ ਹੋਇਆ ਖੂਨ ਵੀ ਆ, ਅਤੇ ਉੱਥੇ ਭੰਗੜੇ ਪਾਉਂਦੀਆਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਜਾਂ ਡਾਂਸ ਕਰਦਿਆਂ ਦੀਆਂ ਜਾਂ ਪੰਜਾਬੀ ਕਲਚਰ ਨੂੰ ਜਿਹੜਾ ਹੈ ਉਹ ਤੁਸੀਂ ਦਰਬਾਰ ਸਾਹਿਬ ਦੇ ਸਾਹਮਣੇ ਉਭਾਰਨ ਦੀ ਕੋਈ ਲੋੜ ਹੀ ਨਹੀਂ ਸੀਗੀ। ਅੰਮ੍ਰਿਤਸਰ ਦੇ ਵਿੱਚ ਹੋਰ ਬਹੁਤ ਸਾਰੀਆਂ ਥਾਵਾਂ ਨੇ, ਜੇ ਤੁਸੀਂ ਉਹਨੂੰ ਹੈਰੀਟੇਜ ਦੇ ਤੌਰ ਦੇ ਉੱਤੇ ਜਿਹੜਾ ਹੈ ਲੋਕਾਂ ਦੇ ਵਿੱਚ ਪ੍ਰਫੁੱਲਿਤ ਕਰਨਾ ਹੈਗਾ ਤਾਂ ਤੁਹਾਡੇ ਕੋਲ ਹੋਰ ਬਹੁਤ ਸਾਰੀਆਂ ਜਗ੍ਹਾ ਨੇ, ਪਰ ਦਰਬਾਰ ਸਾਹਿਬ ਦੇ ਸਾਹਮਣੇ ਟਾਰਗੇਟ ਕਿਉਂ ਕੀਤਾ ਗਿਆ? ਉਹਨੂੰ ਤੁਸੀਂ ਜਿਹੜਾ ਹੈ ਉਹ ਵਿਰਾਸਤੀ ਮਾਰਗ ਜਿਹੜਾ ਹੈ ਤੁਸੀਂ ਇੱਕ ਹੈਰੀਟੇਜ ਰੋਡ ਉਹਨੂੰ ਰੱਖ ਕੇ ਅਤੇ ਉਹ ਲੋਕਾਂ ਨੂੰ ਕੀ ਤੁਸੀਂ ਸਿਖਾਉਣਾ ਚਾਹੁੰਦੇ ਹੋ? ਜਦੋਂ ਬੱਚੇ ਜਾਂਦੇ ਨੇ ਬਾਹਰਲੋਂ ਜਾਂ ਸਪੈਸ਼ਲੀ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਲੋਕ ਜਾਂਦੇ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਤਾਂ ਇੱਕ ਅਲੱਗ ਤਰ੍ਹਾਂ ਦੀ ਤਸਵੀਰ ਪੈਦਾ ਹੋ ਜਾਣੀ। ਅਸੀਂ ਅਧਿਆਤਮ ਤੌਰ 'ਤੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਨੂੰ ਜਿਹੜਾ ਬੰਦਾ ਗਿਆ ਉਹਦਾ ਟਾਰਗੇਟ ਜਿਹੜਾ ਹੈ ਉਹ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਮੱਥਾ ਟੇਕਣਾ ਹੈ, ਉੱਥੇ ਦਰਸ਼ਨ ਕਰਨੇ ਹੈਗੇ ਨੇ, ਪਰ ਲੇਕਿਨ ਉਹਨਾਂ ਨੂੰ ਇਨੀਸ਼ੀਅਲ ਤੌਰ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਉਹ ਪੇਸ਼ਕਾਰੀ ਕੀਤੀ ਜਾਂਦੀ ਹੈ ਕਿ ਉਹ ਕੁਛ ਹੋਰ ਹੀ ਰੂਪ ਜਿਹੜਾ ਹੈ
ਉਹ ਬੰਦਾ ਮਨ ਦੇ ਵਿੱਚ ਪਿਕਚਰ ਜਿਹੜਾ ਹੈ, ਯਾਨੀ ਕਿ ਜਿਹੜੇ ਛੋਟੇ ਬੱਚੇ ਨੇ ਜਾਂ ਬਾਹਰ ਆਉਣ ਵਾਲੇ ਲੋਕ ਨੇ ਉਹ ਅਲੱਗ ਤਰ੍ਹਾਂ ਦੀ ਪਿਕਚਰ ਉੱਥੇ ਜਿਹੜੀ ਉਹ ਬਣਾ ਕੇ ਅੰਦਰ ਜਾਂਦੇ ਨੇ। ਸੋ ਉਹਨਾਂ ਦੇ ਮਨ ਦੇ ਉੱਤੇ ਕੀ ਪ੍ਰਭਾਵ, ਬਹੁਤ ਸਾਰੇ ਲੋਕਾਂ ਨੂੰ ਮੈਂ ਸੈਲਫੀਆਂ ਖਿਚਾਉਂਦਿਆਂ ਜਾਂ ਬਹੁਤ ਸਾਰੇ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਵਾਰੀ ਦੇਖਿਆ, ਆਪ ਵੀ ਖੁਦ ਮੈਂ ਦੇਖਿਆ ਕਿ ਕਈ ਵਾਰੀ ਲੋਕ ਉੱਥੇ ਫੋਟੋਆਂ ਖਿਚਾਉਂਦੇ ਨੇ, ਉੱਥੇ ਜਾ ਕੇ ਉਹ ਬਣਦੀਆਂ ਨੇ ਉਹ ਚੀਜ਼ਾਂ। ਆਏ ਤਾਂ ਆਪਾਂ ਉੱਥੇ ਗੁਰੂ ਘਰ ਮੱਥਾ ਟੇਕਣੇ ਆ, ਅਤੇ ਆਪਾਂ ਰਸਤੇ ਕਿਹੜੇ ਜਿਹੜੇ ਉਹ ਪਈ ਜਾ ਰਹੇ ਹਾਂ। ਸੋ ਇਹ ਜਿਹੜੀਆਂ ਚੀਜ਼ਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਦੇ ਵਿੱਚ ਇਹਨਾਂ ਦੀ ਜਿਹੜੀ ਬੀਜੇਪੀ ਦਾ ਜਿਹੜਾ ਲੁਕਵਿਆਂ ਏਜੰਡਾ ਸੀਗਾ, ਅਤੇ ਨਾਲ ਪੂਰੀ ਤਰ੍ਹਾਂ ਦੇ ਅਕਾਲੀ ਦਲ ਨੂੰ ਬਿਲਕੁਲ ਕਿਸੇ ਤਰੀਕੇ ਦੇ ਨਾਲ ਬਾਦਲ ਪਰਿਵਾਰ ਨੂੰ ਤਾਂ ਬਿਲਕੁਲ ਬਰੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਰਾਸਰ 200% ਉਹਨਾਂ ਲੋਕਾਂ ਦਾ ਇਹਦੇ 'ਚ ਹੱਥ ਆ। ਉਹਨਾਂ ਲੋਕਾਂ ਨੇ ਜੋ ਵੱਟੇ ਸੁੱਟ ਦਿੱਤੇ ਆ ਨਾ ਸਿੱਖੀ ਦੇ ਵਿੱਚ, ਉਹ ਹੁਣ ਚੁਗਣੇ ਬੜੇ ਔਖੇ ਨੇ। ਉਹ ਚੁਗੇ ਤਾਂ ਜਾ ਸਕਦੇ ਨੇ ਕਿ ਆਮ ਜਿਹੜਾ ਸਿੱਖ ਹੈਗਾ ਉਹ ਜਾਗਰਤ ਹੋਵੇ, ਉਹ ਜਾਗੇ, ਅਤੇ ਤਾਂ ਜਾ ਕੇ ਆਪਣੀ ਜ਼ਮੀਰ ਨੂੰ ਜਗਾਵੇ, ਅਤੇ ਤਾਂ ਜਾ ਕੇ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ 'ਤੇ ਕੰਟਰੋਲ ਹੋ ਪਾਏਗਾ। ਨਹੀਂ ਤਾਂ ਆਉਣ ਵਾਲਾ ਜਿਹੜਾ ਸਮਾਂ ਹੈ, ਤੁਸੀਂ ਦੇਖੋਗੇ ਆਉਣ ਵਾਲਾ ਸਮਾਂ ਹੋਰ ਭਿਆਨਕ ਹੋਏਗਾ। ਸਿੱਖਾਂ ਦੀ ਜਿਹੜੀ ਅਸਲੀ ਵਿਰਾਸਤ ਆ ਉਸ 'ਤੇ ਦੇਖਿਓ ਤੁਸੀਂ ਕਿਵੇਂ ਕਿੰਨੇ ਵੱਡੇ ਰੂਪ ਦੇ ਵਿੱਚ ਜਿਹੜੇ ਨੇ ਹਮਲੇ ਹੋਣਗੇ। ਸੋ ਦੋਸਤੋ, ਪ੍ਰੋਗਰਾਮ ਦੇ ਜਿਹੜਾ ਹੈ ਇਸ ਤਰ੍ਹਾਂ ਦੇ ਨਾਲ ਜਾਰੀ ਰਹੇਗਾ, ਆਪਾਂ ਨੂੰ ਇੱਕ ਬ੍ਰੇਕ ਵਾਸਤੇ ਇੱਥੇ ਰੁਕਣਾ ਪੈਣਾ। ਆਪਾਂ ਆ ਰਹੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸੋ ਬ੍ਰੇਕ ਤੋਂ ਬਾਅਦ ਦਰਸ਼ਕੋ, ਤੁਹਾਡਾ ਦੁਬਾਰਾ ਸਵਾਗਤ ਹੈ ਪ੍ਰੋਗਰਾਮ ਚੱਲ ਰਿਹਾ ਅਤੇ ਖਬਰ ਅਤੇ ਨਜ਼ਰ। ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਇਹ ਸਾਡਾ ਪ੍ਰੋਗਰਾਮ ਹੈ ਉਹ ਤੁਹਾਡੀ ਕਚਹਿਰੀ ਦੇ ਵਿੱਚ ਜਿਹੜਾ ਅਸੀਂ ਪੇਸ਼ ਕਰਦੇ ਹਾਂ ਉਹ ਤੁਹਾਡੇ ਕਸੌਟੀ 'ਤੇ ਪੂਰਾ ਉਤਰ ਰਿਹਾ ਹੋਵੇਗਾ। ਤੁਸੀਂ ਪ੍ਰੋਗਰਾਮ ਨੂੰ ਪਸੰਦ ਕਰਦੇ ਹੋ, ਤੁਸੀਂ ਫੀਡਬੈਕ ਭੇਜਦੇ ਹੋ, ਬਾਕੀ ਸੱਜਣ ਵੀ ਜਿਹੜੇ ਨੇ ਉਹ ਫੀਡਬੈਕ ਜ਼ਰੂਰ ਭੇਜਣ, ਤਾਂ ਕਿ ਅਸੀਂ ਪ੍ਰੋਗਰਾਮ ਨੂੰ ਹੋਰ ਜਿਹੜਾ ਬਿਹਤਰ ਬਣਾ ਕੇ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰ ਸਕੀਏ। tv16toronto@gmail.com ਦੇ ਉੱਤੇ ਜਾ ਕੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਸਕਰੀਨ 'ਤੇ ਆ ਰਹੇ ਨੰਬਰ 6475678-1016 ਦੇ ਉੱਤੇ ਤੁਸੀਂ ਸਾਨੂੰ ਟੈਲੀਫੋਨ ਕਰ ਸਕਦੇ ਹੋ। ਇਸੇ ਫੋਨ 'ਤੇ ਤੁਸੀਂ ਸਾਨੂੰ ਟੈਕਸਟ ਮੈਸੇਜ ਔਰ ਵਟਸਐਪ ਕਰ ਸਕਦੇ ਹੈਗੇ ਹੋ। ਸਾਡਾ ਯੂਟਿਊਬ ਚੈਨਲ ਜਿਹੜਾ ਹੈ ਉਹ ਜ਼ਰੂਰ ਸਬਸਕ੍ਰਾਈਬ ਕਰ ਲਓ, ਆਪਣੇ ਦੋਸਤਾਂ ਮਿੱਤਰਾਂ ਫੈਮਿਲੀ ਔਰ ਫੈਮਿਲੀ ਫਰੈਂਡਸ ਨੂੰ ਜਿਹੜਾ ਹੈ ਉਹ ਜ਼ਰੂਰ ਇਸ ਬਾਰੇ ਦੱਸ ਦਿਓ। ਜੇ ਪ੍ਰੋਗਰਾਮ ਚੰਗਾ ਲੱਗਦਾ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। tv16toronto ਦਾ ਐਂਡਰਾਇਡ ਐਪ ਜਿਹੜਾ ਹੈ ਉਹ ਜ਼ਰੂਰ ਡਾਊਨਲੋਡ ਕਰ ਲਓ, ਕਰਵਾ ਦਿਓ ਆਪਣੇ ਦੋਸਤਾਂ ਮਿੱਤਰਾਂ ਫੈਮਿਲੀ ਔਰ ਫੈਮਿਲੀ ਫਰੈਂਡਸ ਨੂੰ, ਤਾਂ ਕਿ ਅੱਜ ਜਿਹੜੀਆਂ ਇਹ ਗੱਲਾਂ ਅਸੀਂ ਕਰਦੇ ਹਾਂ, ਜਿਹੜੀ ਨਿਊਜ਼ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ, ਉਹ ਦੁਨੀਆਂ ਦੇ ਕੋਨੇ ਕੋਨੇ 'ਚ ਜਿੱਥੇ ਵੀ ਕੋਈ ਬੈਠਾ ਹੈਗਾ ਉਹ ਸਾਡੇ ਇਹਨਾਂ ਪ੍ਰੋਗਰਾਮਾਂ ਨਾਲ ਜੁੜ ਸਕੇ। ਸੋ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਤੁਸੀਂ ਦੇਣਾ ਚਾਹੁੰਦੇ ਹੋ ਜਾਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਤੁਸੀਂ ਸੰਪਰਕ ਕਰੋ। ਅਤੇ ਆਓ ਅਖੀਰਲੇ ਪੜਾਅ ਦੇ ਵਿੱਚ ਸਾਹਿਬ ਬਿਕਰਮਜੀਤ ਸਿੰਘ ਕੋਲ ਜਿਹੜੀਆਂ ਬਾਕੀ ਰਹਿੰਦੀਆਂ ਖਬਰਾਂ ਨੇ ਉਹਨਾਂ ਬਾਰੇ ਜਾਣਕਾਰੀ ਦਿੰਦੇ ਹਾਂ। ਸਾਹਿਬ ਬਿਕਰਮਜੀਤ ਸਿੰਘ ਜੀ, ਅਖੀਰਲੇ ਪੜਾਅ ਵਿੱਚ ਪਹੁੰਚ ਗਏ ਪ੍ਰੋਗਰਾਮ ਦੇ, ਸੋ ਅਗਲੀ ਕਿਹੜੀ ਖਬਰ ਹੈ ਜਿਸ 'ਤੇ ਆਪਾਂ ਸਰੋਤਿਆਂ ਨਾਲ ਜਿਹੜੀ ਸਾਂਝ ਹੈ ਉਹ ਪਾਉਣੀ ਹੈ ਜੀ? ਬਲ ਸਾਹਿਬ, ਅਗਲੀ ਖਬਰ ਦੇ ਵਿੱਚ ਕੱਟੜ ਪੰਥੀ ਜਿਹੜੀਆਂ ਤਾਕਤਾਂ ਉਦਾਰਵਾਦੀ ਦੇ ਧਰਮ ਨਿਰਪੱਖ ਵਿਚਾਰਧਾਰਾ ਨੂੰ ਬਣਾ ਰਹੀਆਂ ਨੇ ਨਿਸ਼ਾਨਾ। ਭਾਰਤ ਦੀ 17ਵੀਂ ਲੋਕ ਸਭਾ ਚੋਣਾਂ ਤੇ ਆਧਾਰਿਤ ਅਮਰੀਕਾ ਦੀ ਕੋਲੰਬੀਆ ਮਿਸੀ ਯੂਨੀਵਰਸਿਟੀ ਦੇ ਪ੍ਰੋਫੈਸਰ ਪਾਲ ਵੈਲਸ ਦੀ ਲਿਖੀ ਪੁਸਤਕ ਇੰਡੀਆ 2019 ਇਲੈਕਸ਼ਨ ਬੀਜੇਪੀ ਦੇ ਹਿੰਦੂਤਵ ਅਤੇ ਹਿੰਦੂ ਨੈਸ਼ਨਲਿਜ਼ਮ ਨੂੰ ਅੱਜ ਸੈਕਟਰ ਜਿਹੜਾ ਹੈਗਾ ਚੰਡੀਗੜ੍ਹ ਵਿੱਚ ਰਿਲੀਜ਼ ਕਰਦੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਮਣੀਪੁਰ ਦੇ ਸਾਬਕਾ ਰਾਜਪਾਲ ਗੁਰਚਰਨ ਜਗਤ, ਭਾਰਤ ਦੇ ਸਾਬਕਾ ਚੋਣ ਕਮਿਸ਼ਨ SY ਕੁਰੈਸ਼ੀ, IDC ਚੰਡੀਗੜ੍ਹ ਤੋਂ ਡਾਇਰੈਕਟਰ ਪ੍ਰੋਫੈਸਰ ਪ੍ਰਮੋਦ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਉਹਨਾਂ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਮਣੀਪੁਰ ਦੇ ਰਾਜਪਾਲ ਜਿਹੜੇ ਹੈਗੇ ਨੇ ਸਾਬਕਾ ਗੁਰਚਰਨ ਜਗਤ ਨੇ ਕਿਹਾ ਕਿ ਸਿਆਸਤ ਅਤੇ ਸਿਆਸੀ ਵਤੀਰੇ 'ਚ ਤਬਦੀਲੀ ਇੱਕਦਮ ਨਹੀਂ ਹੁੰਦੀ। ਉਹਨਾਂ ਕੱਟੜਪੰਥੀ ਸੰਗਠਨਾਂ ਵੱਲੋਂ ਕੀਤੀ ਗਈ ਲੰਬੀ ਕੈਦ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਹਾਲ ਹੀ ਹੋਈਆਂ ਵਿਧਾਨ ਸਭਾ
ਦੀਆਂ ਚੋਣਾਂ ਦਰਸਾਉਂਦੀਆਂ ਹਨ ਕਿ ਹਿੰਦੂ ਧਰਮ ਦਾ ਏਜੰਡਾ ਸਬਾਈ ਚੋਣਾਂ ਨੂੰ ਇਸ ਤਰ੍ਹਾਂ ਪ੍ਰਭਾਵਿਤ ਨਹੀਂ ਕਰਦਾ ਜਿਸ ਢੰਗ ਨਾਲ ਲੋਕ ਚੋਣਾਂ ਨੂੰ ਪ੍ਰਭਾਵਿਤ ਕਰਦਾ। ਉਹਨਾਂ ਨੇ ਕਿਹਾ ਕਿ ਕੱਟੜਵਾਦੀ ਤਾਕਤਾਂ ਤਰਕਸ਼ੀ ਉਦਾਰਵਾਦੀ ਅਤੇ ਧਰਮ ਪੱਖ ਵਿਚਾਰਧਾਰਾ ਨੂੰ ਨਿਸ਼ਾਨਾ ਜਿਹੜਾ ਹੈਗਾ ਬਣਾ ਰਹੀਆਂ ਹਨ। ਮਹਿਰਾ ਨੇ ਕਿਹਾ ਬੋਲਦਿਆਂ ਕਿ ਭਾਜਪਾ ਵੱਲੋਂ ਦੇਸ਼ ਦਾ ਹਿੰਦੂ ਧਰਮ ਵਿਚਾਰਧਾਰਾ ਦੇ ਆਪਣੇ ਤਰੀਕੇ ਨਾਲ ਰਾਸ਼ਟਰਵਾਦ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਸਮਾਜ ਦੇ ਜਮਹੂਰੀ ਵਰਗ ਨੂੰ ਇਸਦਾ ਵਿਰੋਧ ਜਿਹੜਾ ਹੈਗਾ ਜਿਹੜਾ ਚੰਗੀ ਤਰ੍ਹਾਂ ਕਰ ਰਹੇ ਨੇ। ਜੀ ਬਿਲਕੁਲ, ਕਿਉਂਕਿ ਇਹ ਹੁਣ ਸਭ ਕੁਛ ਕਲੀਅਰ ਹੀ ਹੋ ਗਿਆ। ਪਹਿਲਾਂ ਤਾਂ ਲੁਕਵੇਂ ਏਜੰਡੇ ਸੀ, ਕੁਛ ਹਿਡਨ ਏਜੰਡੇ ਹੁੰਦੇ ਨੇ, ਸੋ ਹੁਣ ਇਹ ਬੜਾ ਜਦੋਂ ਉਹਨਾਂ ਕੋਲ ਤਾਕਤ ਆ, ਜਦੋਂ ਉਹਨਾਂ ਕੋਲ ਡੰਡਾ ਹੈ, ਤਾਂ ਉਹ ਖੁੱਲ੍ਹੇ ਰੂਪ ਵਿੱਚ ਇਹ ਚੀਜ਼ ਨੂੰ ਲਾਗੂ ਕਰਾਉਣ ਦੇ ਵਿੱਚ ਕੋਈ ਕਸਰ ਤਾਂ ਨਹੀਂ ਛੱਡਣਗੇ। ਪਰ ਇੱਥੇ ਅਗਰ ਲੋਕ ਜਾਗਰਤ ਨਾ ਹੋਏ, ਲੋਕਾਂ ਨੂੰ ਕੋਈ ਸੋਝੀ ਸਮਝ ਨਾ ਆਈ, ਤਾਂ ਫਿਰ ਜਿਹੜਾ ਹੈ ਉਹ ਸਮਾਂ ਹੋਰ ਭਿਆਨਕ ਜਿਹੜਾ ਦੇਸ਼ ਨੂੰ ਵੇਖਣਾ ਪਏਗਾ। ਕਿਉਂਕਿ ਅੱਜ ਲੋਕਾਂ ਨੂੰ ਇਹ ਸੋਚਣਾ ਪਏਗਾ ਕਿ ਕੀ ਅਸੀਂ ਇਸ ਏਜੰਡੇ ਦੇ ਨਾਲ ਜਿਹੜਾ ਹੈ ਉਹ ਚੱਲਣਾ, ਕਿ ਜਾਂ ਅਸੀਂ ਇਸ ਨੂੰ ਸੈਕੂਲਰ ਤੌਰ ਦੇ ਉੱਤੇ ਹੀ ਇਸ ਦੇਸ਼ ਨੂੰ ਦੇਖਣਾ ਚਾਹੁੰਦੇ ਹਾਂ। ਇਹ ਲੋਕਾਂ ਦੇ ਹੱਥ ਵੱਸ ਹੈਗਾ ਸਾਰਾ ਕੁਛ, ਪਰ ਲੇਕਿਨ ਜੋ ਵੀ ਕੁਛ ਹੋਇਆ, ਜੋ ਵੀ ਇਹ ਚੇਂਜਸ ਹੋ ਰਹੀਆਂ ਨੇ, ਤੁਸੀਂ ਦੇਖ ਰਹੇ ਹੋ ਪੁਰਾਣੇ ਜੇ ਕੁਛ ਸਮੇਂ ਦੇ ਵਿੱਚ ਹੀ ਤਕਰੀਬਨ ਕਾਨੂੰਨ ਦੇ ਵਿੱਚ ਤਬਦੀਲੀ, ਹੋਰ ਤੁਸੀਂ ਦੇਖੋਗੇ ਆਉਣ ਵਾਲੇ ਇੱਕ ਸਾਲ ਦੇ ਵਿੱਚ ਬੜੇ ਵੱਡੇ ਰੂਪ ਦੇ ਵਿੱਚ ਛੋਟੀ ਤੋਂ ਲੈ ਕੇ ਵੱਡੀ ਤਬਦੀਲੀ ਤੁਹਾਨੂੰ ਨਜ਼ਰ ਆਏਗੀ। ਤਾਂ ਫਿਰ ਮੈਨੂੰ ਲੱਗਦੇ ਜਿਹੜੇ ਹਾਲਾਤ ਨੇ ਉਹ ਹੋਰ ਜਿਹੜੇ ਨੇ ਉਹ ਵਿਗੜਨ ਵਾਲੇ ਪਾਸੇ ਜਾਣਗੇ। ਇੱਥੇ ਸਰਕਾਰ ਨੂੰ ਇਹ ਚਾਹੀਦਾ ਕਿ ਇਹ ਇਹ ਇਸ ਦੇਸ਼ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਤੁਸੀਂ ਸੋਚਦੇ ਹੋ, ਇਹ ਮੈਨੂੰ ਲੱਗਦਾ ਕਿ ਕਰਨੀਆਂ ਸੰਭਵ ਨਹੀਂ ਹੋਣਗੀਆਂ, ਪਰ ਤੁਹਾਡੇ ਵੱਲੋਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਲਗਾਤਾਰ ਜਿਹੜੀਆਂ ਨੇ ਜਾਰੀ ਨੇ। ਬਿਕਰਮਜੀਤ ਸਿੰਘ ਜੀ, ਪ੍ਰੋਗਰਾਮ ਦਾ ਸਮਾਂ ਤਕਰੀਬਨ ਸਮਾਪਤੀ ਵੱਲ ਜਾ ਰਿਹਾ, ਸੋ ਇੱਕ ਅੱਧੀ ਖਬਰ ਸਾਂਝੀ ਕਰ ਦਿਓ ਅਤੇ ਫਿਰ ਤੁਹਾਡੇ ਕੋਲ ਆਪਾਂ ਜਿਹੜੀ ਛੁੱਟੀਆਂ ਹੈ ਉਹ ਲੈਂਦੇ ਹਾਂ। ਜੀ ਬਿਲਕੁਲ ਜੀ, ਸ਼੍ਰੋਮਣੀ ਅਕਾਲੀ ਦਲ ਦੇ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਤੇ ਬਿਜਲੀ ਕੰਪਨੀਆਂ ਨਾਲ ਗੁਪਤ ਸੌਦੇਬਾਜ਼ੀ ਦੇ ਦੋਸ਼ ਲਾਉਂਦਿਆਂ ਇਸ ਮਾਮਲੇ ਦੀ ਨਿਰਪੱਖ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ ਕੀਤੀ ਹੈ ਤੇ ਇਸ ਦੇ ਸੰਬੰਧ ਵਿੱਚ ਮੁੱਖ ਸੁਖਬੀਰ ਬਾਦਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਰਾਜਪਾਲ ਨੂੰ ਜਿਹੜਾ ਹੈਗਾ ਇਸ ਮਾਮਲੇ ਤੋਂ ਜਾਣੂ ਜਿਹੜਾ ਹੈਗਾ ਕਰਾਇਆ। ਉਹਨਾਂ ਨੇ ਦੱਸਿਆ ਕਿ ਅਦਾਲਤੀ ਕੇਸਾਂ ਸਦਕਾ ਸੂਬਾ ਨੂੰ 4,300 ਕਰੋੜ ਰੁਪਏ ਦਾ ਜਿਹੜਾ ਹੈਗਾ ਨੁਕਸਾਨ ਇਸ ਬਿਜਲੀ ਸਮਝੌਤੇ ਕਰਕੇ ਹੋਇਆ। ਸਮੀਰ ਬਾਦਲ ਨੇ ਦੋਸ਼ ਲਾਇਆ ਕਿ ਰਾਜ ਸਰਕਾਰ ਨੇ ਗੁਪਤ ਸੌਦੇ ਰਾਹੀਂ ਕੰਪਨੀਆਂ ਤੋਂ ਰਿਸ਼ਵਤ ਲਈ ਅਤੇ ਲੋਕਾਂ ਤੋਂ ਅਰਬਾਂ ਰੁਪਏ ਦਾ ਜਿਹੜਾ ਹੈਗਾ ਬੋਝ ਪਾਇਆ। ਅਕਾਲੀ ਦਲ ਨੇ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਅਦਾਲਤਾਂ ਵਿੱਚ ਜਿਹੜੀ ਹੈਗੀ ਹੈ ਅਹਿਮ ਕੇਸ ਹਾਰੀ ਹੈ। ਜੀ ਸਰਦਾਰ ਬਿਕਰਮਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦਾ ਸਮਾਂ ਤਕਰੀਬਨ ਸਮਾਪਤ ਹੈ ਜੀ, ਅਤੇ ਕੱਲ੍ਹ ਆਪਾਂ ਦੁਬਾਰਾ ਜਿਹੜਾ ਹੈ ਉਹ ਸਰੋਤਿਆਂ ਨਾਲ ਸਾਂਝ ਪਾਵਾਂਗੇ। ਸੋ ਇੱਥੇ ਤੁਹਾਡੇ ਕੋਲ ਆਪਾਂ ਛੁੱਟੀਆਂ ਜਿਹੜੀਆਂ ਹੈ ਉਹ ਲੈਂਦੇ ਹਾਂ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਰਦਾਰ ਬਿਕਰਮਜੀਤ ਸਿੰਘ ਜੀ, ਪਟਿਆਲਾ ਪੰਜਾਬ ਤੋਂ ਸਾਡੇ ਟੀਮ ਦੇ ਅਹਿਮ ਮੈਂਬਰ। ਉਮੀਦ ਕਰਦਾ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਜਿਹੜਾ ਹੈ ਉਹ ਆਵੇਗਾ। ਸੋ ਤੁਸੀਂ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਪਹੁੰਚਦੀ ਕਰਦਿਆ ਕਰੋ। ਸੋ ਪਰਮਾਤਮਾ ਨੇ ਸਭ ਬਖਸ਼ੇ ਅਤੇ ਕੱਲ੍ਹ ਤੁਹਾਡੀ ਕਚਹਿਰੀ ਦੇ ਵਿੱਚ ਨਵਾਂ ਪ੍ਰੋਗਰਾਮ ਲੈ ਕੇ ਆਪਾਂ ਦੁਬਾਰਾ ਹਾਜ਼ਰ ਹੋਵਾਂਗੇ। ਸੋ ਇੱਥੇ ਤੋਂ ਮੈਨੂੰ ਛੁੱਟੀਆਂ। ਸਤਿ ਸ਼੍ਰੀ ਅਕਾਲ ਜੀ।